ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਜੋਤ ਕੌਰ ਹੈ। ਮੈਂ ਇਸਮਾਲ ਅਕੈਡਮੀ ਉੱਭਿਆਂ ਵਿੱਚ 7ਵੀਂ ਕਲਾਸ ਦੀ ਵਿਦਿਆਰਥਣ ਹਾਂ। ਹੁਣ ਮੈਂ ਆਪ ਜੀ ਨੂੰ ਇੱਕ ਸਾਖੀ ਸੁਣਾਉਣ ਜਾ ਰਹੀ ਹਾਂ ਕਿਰਤ ਦੀ ਮਹਾਨਤਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 3 ਉਪਦੇਸ਼ ਸਨ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਹਨਾਂ 3 ਉਪਦੇਸ਼ਾਂ ਵਿੱਚੋਂ ਕਿਰਤ ਕਰੋ ਦਾ ਉਪਦੇਸ਼ ਸਭ ਤੋਂ ਪਹਿਲੇ ਨੰਬਰ ਤੇ ਹੈ। ਭਾਵ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਰਤ ਕਰਨ ਨੂੰ ਬੜੀ ਮਹੱਤਤਾ ਦਿੰਦੇ ਸਨ। ਗੁਰੂ ਜੀ ਦਾ ਮੰਨਣਾ ਹੈ ਜੋ ਸਿੱਖ ਵਿਹਲਾ ਬਹਿ ਕੇ ਕਿਰਤ ਨਾ ਕਰਕੇ ਖਾਣ ਦਾ ਵੀ ਖਿਆਲ ਕਰਦਾ ਹੈ ਉਹ ਗੁਰੂ ਜੀ ਦੇ ਉਪਦੇਸ਼ਾਂ ਦੇ ਉਲਟ ਹੈ। ਇਸ ਤਰ੍ਹਾਂ ਦੀ ਹੀ ਇੱਕ ਸਾਖੀ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ। ਇੱਕ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਸਿੰਘਾਸਨ ਤੇ ਬਿਰਾਜਮਾਨ ਸਨ। ਉਹ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਸੰਗਤਾਂ ਵੀ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਗੁਰੂ ਜੀ ਦਾ ਉਪਦੇਸ਼ ਸੁਣ ਰਹੀਆਂ ਸਨ। ਅਚਾਨਕ ਹੀ ਗੁਰੂ ਜੀ ਨੂੰ ਤ੍ਰੇਹ ਲੱਗੀ। ਗੁਰੂ ਜੀ ਨੇ ਕਿਹਾ ਕਿ ਮੈਨੂੰ ਤ੍ਰੇਹ ਲੱਗੀ ਹੈ, ਕੋਈ ਸਿੱਖ ਮੈਨੂੰ ਜਲ ਲਿਆ ਕੇ ਛਕਾਵੇ। ਤਾਂ ਸੰਗਤ ਵਿੱਚੋਂ ਇੱਕ ਖੱਤਰੀਆਂ ਦਾ ਲੜਕਾ ਉੱਠਿਆ ਅਤੇ ਗੁਰੂ ਜੀ ਲਈ ਜਲ ਦਾ ਛੰਨਾ ਲੈ ਆਇਆ ਅਤੇ ਗੁਰੂ ਜੀ ਨੂੰ ਜਦ ਉਹ ਜਲ ਦਾ ਛੰਨਾ ਛਕਾਉਣ ਲੱਗਾ ਤਾਂ ਗੁਰੂ ਜੀ ਨੇ ਦੇਖਿਆ ਕਿ ਉਸਦੇ ਹੱਥ ਬਹੁਤ ਕੂਲੇ ਸਨ ਅਤੇ ਉਸਦੇ ਹੱਥ ਕੰਬ ਰਹੇ ਸਨ। ਤਾਂ ਗੁਰੂ ਜੀ ਨੇ ਪੁੱਛਿਆ ਕਿ ਕਾਕਾ, ਤੇਰੇ ਹੱਥ ਇੰਨੇ ਮੁਲਾਇਮ ਤੇ ਕੰਬ ਕਿਉਂ ਰਹੇ ਹਨ? ਕਿਰਤ ਕਰਨ ਵਾਲੇ ਦੇ ਹੱਥ ਤਾਂ ਇੰਨੇ ਮੁਲਾਇਮ ਨਹੀਂ ਹੁੰਦੇ। ਤਾਂ ਉਸ ਲੜਕੇ ਨੇ ਜਵਾਬ ਦਿੱਤਾ, ਗੁਰੂ ਜੀ, ਆਪ ਜੀ ਦੀ ਰਹਿਮਤ ਹੈ, ਘਰੇ ਧਨ ਦੌਲਤ ਬਹੁਤ ਹੈ, ਕੰਮ ਕਰ ਲਈ ਬਹੁਤ ਨੌਕਰ ਚਾਕਰ ਹਨ, ਮੈਂ ਤਾਂ ਕਦੇ ਆਪਣੇ ਹੱਥ ਚੁੱਕ ਕੇ ਪਾਣੀ ਵੀ ਨਹੀਂ ਪੀਤਾ ਤੇ ਅੱਜ ਤੁਹਾਨੂੰ ਜਲ ਛਕਾ ਰਿਹਾ ਹਾਂ। ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਇਹ ਜਲ ਨਹੀਂ ਛਕ ਸਕਦਾ। ਗੁਰੂ ਜੀ ਨੇ ਜਲ ਵਾਪਿਸ ਕਰ ਦਿੱਤਾ। ਗੁਰੂ ਜੀ ਨੇ ਕਿਹਾ ਕਿ ਜੋ ਬੰਦਾ ਕਿਰਤ ਨਹੀਂ ਕਰਦਾ ਉਹ ਉਸਦੇ ਹੱਥ ਝੂਠੇ ਹਨ, ਉਸਦੇ ਹੱਥ ਬਿਲਕੁਲ ਵੀ ਸਾਫ ਨਹੀਂ ਹਨ। ਜੋ ਬੰਦਾ ਕਿਰਤ ਨਹੀਂ ਕਰਦਾ ਉਹ ਧਰਤੀ ਤੇ ਭਾਰ ਹੈ। ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਉਹ ਲੜਕਾ ਬਹੁਤ ਸ਼ਰਮਿੰਦਾ ਹੋਇਆ। ਮਨ ਹੀ ਮਨ ਉਸਦੇ ਗੁਰੂ ਜੀ ਦੇ ਉਪਦੇਸ਼ਾਂ ਦਾ ਉਸਦੇ ਮਨ 'ਚ ਬਹੁਤ ਹੀ ਡੂੰਘਾ ਅਸਰ ਹੋਇਆ। ਇਹ ਸਭ ਗੱਲਾਂ ਸੁਣ ਕੇ ਉਸਦਾ ਧਨ ਦੌਲਤ ਦਾ ਜੋ ਅਹੰਕਾਰ ਸੀ ਉਹ ਮਿੰਟਾਂ ਵਿੱਚ ਹੀ ਚੂਰ ਹੋ ਗਿਆ। ਹੁਣ ਉਹ ਗੁਰੂ ਜੀ ਦੇ ਦਰਬਾਰ ਵਿੱਚ ਹੀ ਲੰਗਰ ਦੀ ਸੇਵਾ ਕਰਨ ਲੱਗ ਪਿਆ ਹੈ। ਉਹ ਅਣਥੱਕ ਹੋ ਕੇ ਸੇਵਾ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।